ਉਹਨਾਂ ਦੇ ਸਰੀਰ ਦੀ ਹੋਈ ਆ ਤੇ ਉਹਨਾਂ ਦੀ ਜਿਹੜੀ ਸਮਾਧ ਆ ਉਹ ਸਕੂਲ ਦੇ ਗੇਟ ਦੇ ਸਾਹਮਣੇ ਆ ਤੇ ਉਹ ਸਕੂਲ ਦੇ ਵਿੱਚ ਮੈਂ ਦਸਵੀਂ ਕੀਤੀ ਆ ਤੇ ਸਕੂਲ ਦੇ ਵਿੱਚ ਅੰਦਰ ਇਨ ਹੁੰਦਿਆਂ ਸਕੂਲ ਚੋਂ ਆਊਟ ਹੁੰਦਿਆਂ ਅੱਗੋਂ ਦੀ ਲੰਘ ਕੇ ਜਾਈਦਾ ਇਸ ਕਰਕੇ ਉਹਨਾਂ ਦਾ ਨਾਂ ਜਿਹੜਾ ਜਾਂ ਉਹਨਾਂ ਦੇ ਨਾਂ ਤੇ ਸਕੂਲ ਉਹਨਾਂ ਦੀ ਸ਼ਖਸੀਅਤ ਤੋਂ ਸਾਰੇ ਪ੍ਰਭਾਵਿਤ ਤਕਰੀਬਨ ਹੁੰਦੇ ਆ ਪਰ ਸਾਡਾ ਪਰਿਵਾਰ ਜਿਹੜਾ ਮੇਰੇ ਦਾਦੀ ਜੀ ਦਾ ਪਰਿਵਾਰ ਸੀਗਾ ਉਹ ਉਹਨਾਂ ਦੇ ਨਾਲ ਕਾਫੀ ਅਖੀਰਲੇ ਸਮੇਂ ਉਹਨਾਂ ਦੀ ਨੇੜਤਾ ਸੀਗੀ ਮੇਰੇ ਦਾਦਾ ਜੀ ਜਿਹੜੇ ਸੀਗੇ ਉਹ ਲਾਹੌਰ ਕਿਸਾਨ ਮੋਰਚਾ ਜਿਹੜਾ ਸੀ ਉਹਦੇ ਵਿੱਚ ਉਹਨਾਂ ਨੇ ਬਾਬਾ ਜੀ ਦੇ ਨਾਲ ਜੇਲ੍ਹ ਵੀ ਕੱਟੀ ਕਿਸਾਨ ਕਾਨਫਰੰਸ 43 ਦੇ ਵਿੱਚ ਹੋਈ ਸੀਗੀ ਇੱਕ ਬੜੀ ਤਕਰੀਰ ਦੇ ਵਿੱਚ ਪਹਿਲਾਂ ਸਿਰਫ ਫਰੀਡਮ ਦਾ ਨਾਰਾ ਸੀਗਾ ਬਾਬਾ ਜੀ ਲੇਕਿਨ ਬਾਬਾ ਸੋਹਣ ਸਿੰਘ ਭਗਨਾ ਉਹਨਾਂ ਨੇ ਉਦੋਂ ਇੱਕ ਨਵਾਂ ਨਾਰਾ ਦਿੱਤਾ ਸੀਗਾ ਉਹ ਸੀਗਾ ਫੂਡ ਐਂਡ ਫਰੀਡਮ 43 ਦੇ ਵਿੱਚ ਤੇ ਉਦੋਂ ਫਿਰ ਜਿਹੜੀ ਕਿਸਾਨ ਸਭਾ ਦੀ ਕਾਨਫਰੰਸ ਸੀਗੀ ਬਹੁਤ ਤਕੜੀ ਉਦੋਂ ਹੋਏ ਸੀ ਸੈਸ਼ਨ ਹੋਇਆ ਸੀਗਾ ਤੇ ਮੇਰੇ ਦਾਦਾ ਜੀ ਦਾ ਫਿਰ ਸਾਰਾ ਪਿੰਡ ਭਗਨਾ ਜਿਹੜਾ ਉਹਨਾਂ ਭਾਈਆ ਜੀ ਕਹਿੰਦਾ ਹੁੰਦਾ ਤੇ ਉਹਨਾਂ ਦਾ ਜਿਹੜਾ ਪ੍ਰੇਮ ਸੀਗਾ ਮੇਰੇ ਨਾਨਾ ਮੇਰੇ ਦਾਦਾ ਜੀ ਦੇ ਸਹੁਰਾ ਸਾਹਿਬ ਦਾ ਤੇ ਉਹਨਾਂ ਦਾ ਬੜਾ ਬਾਬਾ ਜੀ ਨਾਲ ਪ੍ਰੇਮ ਸੀਗਾ ਸਾਰੇ ਭਗਨਾ ਜਿਹੜਾ ਸਕੂਲ ਬਣਿਆ ਬਾਬਾ ਸੋਹਣ ਸਿੰਘ ਭਗਨਾ ਹੋਣਾ ਨੇ ਉਹਦਾ ਨਾਂ ਜਿਹੜਾ ਸੀਗਾ ਜਨਤਾ ਹਾਈ ਸਕੂਲ ਰੱਖਿਆ ਆਪਣੇ ਨਾਂ ਤੇ ਨਹੀਂ ਰੱਖਣ ਦਿੱਤਾ ਲੇਕਿਨ ਉਹਨਾਂ ਦੇ ਸੀਟ ਛੱਡਣ ਤੋਂ ਬਾਅਦ ਲੋਕਾਂ ਨੇ ਫਿਰ ਬਾਬਾ ਸੋਹਣ ਸਿੰਘ ਭਗਨਾ ਸਕੂਲ ਦਾ ਨਾਂ ਜ਼ਰੂਰ ਰੱਖ ਦਿੱਤਾ ਜਿੰਨੇ ਵੱਡੇ ਵੱਡੇ ਰੁੱਖ ਲੱਗੇ ਸਾਰੇ ਮੇਰੇ ਦਾਦਾ ਜੀ ਦੇ ਸਹੁਰਾ ਸਾਹਿਬ ਨੇ ਆਪਣੇ ਹੱਥੀ ਲਾਏ ਹੱਥੀ ਪਾਣੀ ਪਾਇਆ ਜਦੋਂ ਅਸੀਂ ਪੜ੍ਹਦੇ ਹੁੰਦੇ ਸਾਨੂੰ ਟੀਚਰ ਜਿਹੜੇ ਸੀਗੇ ਉਹ ਦੱਸਦੇ ਹੁੰਦੇ ਸੀਗੇ ਆਹ ਤੇਰੇ ਵਡੇਰਿਆਂ ਨੇ ਜਿਹੜੇ ਦਰਖਤ ਲਾਏ ਤੇ ਬਾਬਾ ਸੋਹਣ ਸਿੰਘ ਭਗਨਾ ਹੋਣਾ ਦੀ ਸਿਰਫ ਆਜ਼ਾਦੀ ਪ੍ਰਤੀ ਦੇਣ ਨਹੀਂ ਆ ਜਦੋਂ ਉਹ 39 ਸਾਲ ਦੀ ਉਮਰ ਦੇ ਵਿੱਚ ਅਮਰੀਕਾ ਪਹੁੰਚੇ ਤੇ ਸੈਂਟਰ ਦੇ ਵਿੱਚ ਉਹ ਆ ਕੇ ਉਹਨਾਂ ਨੇ ਲੈਂਡ ਕੀਤਾ 1909 ਦੇ ਵਿੱਚ 4 ਜਨਵਰੀ 1909 ਨੂੰ ਉਸ ਤੋਂ ਬਾਅਦ ਉਹਨਾਂ ਨੇ ਜਦੋਂ ਡੋਗਸ ਐਂਡ ਇੰਡੀਅਨਸ ਆਰ ਨਾਟ ਅਲਾਊਡ ਇਹੋ ਜਿਹਾ ਪਤਾ ਸਾਰਾ ਜਦੋਂ ਇਸ ਤਰ੍ਹਾਂ ਦੇ ਵਿਤਕਰੇ ਹੋਏ ਤੇ ਫਿਰ ਉਹਨਾਂ ਨੇ ਆਪਣੀ ਇੱਕ ਜਥੇਬੰਦੀ ਬਣਾਈ ਸਾਰਾ ਆਪਾਂ ਸਾਰਾ ਕੁਛ ਜਾਣਦੇ ਹਾਂ ਲੇਕਿਨ ਉਸ ਤੋਂ ਨਾਲ ਹੀ ਇੱਕ ਬਾਬਾ ਵਿਸਾਖਾ ਸਿੰਘ ਜੀ ਗਦੇਰ ਜਿਹੜੇ ਬ੍ਰਹਮ ਗਿਆਨੀ ਹੋਏ ਆ ਉਹਨਾਂ ਦੀ ਬੜੀ ਵੱਡੀ ਦੇਣ ਹੈ ਉਹਨਾਂ ਨੇ ਇੱਕ 1909-10 ਦੇ ਵਿੱਚ ਇੱਕ ਗੁਰੂ ਨਾਨਕ ਐਜੂਕੇਸ਼ਨ ਸੋਸਾਇਟੀ ਉੱਥੇ ਕਾਇਮ ਕਰ ਲਈ ਸੀਗੀ 500 ਏਕੜ ਦਾ ਉਹਨਾਂ ਦਾ ਫਾਰਮ ਸੀਗਾ ਫਿਰ ਬਾਬਾ ਸੋਹਣ ਸਿੰਘ ਭਗਨੇ ਹੋਣੀ ਹੈ ਸਾਰੇ ਜਦੋਂ ਇਕੱਠੇ ਹੋਏ ਇਹਨਾਂ ਨੇ ਗਦਰ ਪਾਰਟੀ ਬਣਾਈ ਗਦਰ ਪਾਰਟੀ ਤੋਂ ਪਹਿਲਾਂ ਕੋਸਟ ਪੈਸਿਫਿਕ ਬੜਾ ਲੰਮਾ ਇਤਿਹਾਸ ਹੈ ਆਪਾਂ ਨੂੰ ਕਾਫੀ ਚਾਹੀਦਾ ਤੇ ਉਹ ਜਦੋਂ ਗਦਰ ਪਾਰਟੀ ਬਣਾਈ ਆ ਉਹਦੇ ਨਾਲ ਨਾਲ ਉਹਨਾਂ ਨੇ ਸਭ ਤੋਂ ਪਹਿਲਾਂ ਪੰਜਾਬੀ ਭਾਸ਼ਾ ਲਈ ਜਿਹੜਾ ਕੰਮ ਕੀਤਾ ਉਹ ਇਹ ਕੀਤਾ ਕਿ ਪੰਜਾਬੀ ਦੀ ਅਖਬਾਰ ਸ਼ੁਰੂ ਕੀਤੀ ਆ 1 ਨਵੰਬਰ 1913 1913 ਨੂੰ ਉਹਦੇ ਜਿਹੜੇ ਪਹਿਲੇ ਐਡੀਟਰ ਸੀਗੇ ਉਹ ਸ਼ਹੀਦ ਕਰਤਾਰ ਸਿੰਘ ਜੀ ਸਰਾਭਾ ਸੀਗੇ ਉਹਨਾਂ ਨੇ ਬਰਕਲੇ ਯੂਨੀਵਰਸਿਟੀ ਦੇ ਸਾਰੀ ਜਿਹੜੀ ਗ੍ਰਾਹੀ ਕੀਤੀ ਤੇ ਅਖਬਾਰ ਸ਼ੁਰੂ ਕੀਤੀ ਪਹਿਲਾ ਜਿਹੜਾ ਐਡੀਸ਼ਨ ਹੈ ਉਹਨਾਂ ਨੇ ਹੱਥ ਨਾਲ ਲਿਖਿਆ ਸੀਗਾ ਉਸ ਤੋਂ ਬਾਅਦ ਜਿਹੜੀ ਪ੍ਰੈਸ ਸੀਗੀ ਅੱਜ ਵੀ ਉੱਥੇ ਪਹਿਲੀ ਸਟਾਪ ਕਰਨ ਅਰਦਾਸ ਕਰਕੇ ਉਹਨਾਂ ਨੇ ਸੰਘਰਸ਼ ਸ਼ੁਰੂ ਕੀਤਾ ਅਰਦਾਸ ਕਰਕੇ ਪੰਜਾਬੀ ਅਖਬਾਰ ਜਿਹੜੀ ਆ ਉਹ ਬਾਬਾ ਜੀ ਹੋਣਾ ਨੇ ਸ਼ੁਰੂ ਕੀਤੀ ਸੀਗੀ ਬਾਬਾ ਵਿਸਾਖਾ ਸਿੰਘ ਜੀ ਦਦੇਰ ਹੋਣਾ ਨੇ ਤੇ ਉੱਥੇ ਪਹਿਲਾ ਗੁਰਦੁਆਰਾ ਬਣਿਆ ਮਤਲਬ ਜਿਹੜਾ ਪੰਜਾਬੀ ਪ੍ਰਤੀ ਉਹਨਾਂ ਦਾ ਕੰਮ ਹੈ ਗਦਰੀ ਬਾਬਿਆਂ ਦਾ ਉਹ ਇੱਕ ਵਿਲੱਖਣ ਆ ਤੇ ਉਹੀ ਮਿਸ਼ਨ ਜਿਹੜਾ ਆਪਾਂ ਹੁਣ ਉਹਨੂੰ ਅੱਗੇ ਲੈ ਕੇ ਤੁਰ ਰਹੇ ਹਾਂ ਤੇ ਬਾਬਾ ਜੀ ਹੋਣਾ ਨਾਲ ਸਾਡੀ ਸਾਂਝ ਤੇ ਜਿਹੜੀ ਆ ਉਹ ਬੜੀ ਖੂਨ ਦੀ ਸਾਂਝ ਤੇ ਨਹੀਂ ਆ ਲੇਕਿਨ ਉਹਨਾਂ ਤੋਂ ਹੀ ਮੈਂ ਸਾਰੀ ਪ੍ਰੇਰਨਾ ਲਈ ਹੈ ਤੇ ਉਹਨਾਂ ਤੋਂ ਹੀ ਸਾਡਾ ਸਾਰਾ ਪਿੰਡ ਜਿਹੜਾ ਵਾ ਉਹ ਉਹਨਾਂ ਦੀ ਬਹੁਤ ਜ਼ਿਆਦਾ ਕਦਰ ਕਰਦਾ ਤੁਸੀਂ ਇੰਗਲੈਂਡ ਆਉਣ ਤੋਂ ਪਹਿਲਾਂ ਤੁਸੀਂ ਜਰਮਨੀ ਰਹਿੰਦੇ ਸੀਗੇ ਤੇ ਇੰਗਲੈਂਡ ਤੁਸੀਂ ਕਦੋਂ ਕਰ ਜਰਮਨੀ ਤੋਂ ਮੈਂ 17 ਸਾਲ ਜਰਮਨੀ ਦੇ ਵਿੱਚ ਰਿਹਾ 21 ਨਵੰਬਰ 1993 ਨੂੰ ਮੈਂ ਜਰਮਨੀ ਪਹੁੰਚਿਆ ਤੇ 23 ਮਾਰਚ 2010 ਨੂੰ ਮੈਂ ਇੰਗਲੈਂਡ ਪਹੁੰਚਿਆ ਤਕਰੀਬਨ 6ਵਾਂ ਸਾਲ ਸ਼ੁਰੂ ਹੋ ਚੁੱਕਾ ਵਾ ਤੇ ਮੇਰੇ ਉੱਥੇ ਆਉਣ ਦਾ ਮੁੱਖ ਕਾਰਨ ਜਰਮਨੀ ਨੂੰ ਇੱਥੇ ਮਾਈਗ੍ਰੇਟ ਹੋਣ ਦਾ ਮੁੱਖ ਕਾਰਨ ਇਹ ਸੀ ਕਿਉਂਕਿ ਜਰਮਨ ਦੇ ਵਿੱਚ ਇੰਨੇ ਅਸਟੈਬਲਿਸ਼ ਪੰਜਾਬੀ ਸਕੂਲ ਨਹੀਂ ਹੈਗੇ ਤੇ ਬੱਚੇ ਜਿਹੜੇ ਆ ਉਹ ਵੱਡੇ ਹੁੰਦੇ ਜਾ ਰਹੇ ਸੀ ਤੇ ਮੈਂ ਚਾਹੁੰਦਾ ਸੀ ਉਹ ਪੰਜਾਬੀ ਕਲਚਰ ਨਾਲ ਜੁੜਨ ਪੰਜਾਬੀ ਜ਼ਬਾਨ ਨਾਲ ਜੁੜਨ ਤੇ ਆਪਣੇ ਪੁਰਖਿਆਂ ਬਾਰੇ ਜਾਣਨ ਪੰਜਾਬੀ ਵਿਰਸੇ ਨਾਲ ਜੁੜਨ ਤੇ ਇਸ ਕਰਕੇ ਮੈਨੂੰ ਇੱਥੇ ਮੂਵ ਹੋਣਾ ਪਿਆ ਪਰ ਇੱਥੇ ਆ ਕੇ ਜਦੋਂ ਮੈਂ ਦੇਖਿਆ ਕਿ ਇੱਥੇ ਪੰਜਾਬੀ ਬਜ਼ੁਰਗ ਜਿਹੜੇ ਅੱਜ ਤੋਂ
ਮੈਨੂੰ ਪਤਾ ਲੱਗਾ ਕਿ ਪੰਜਾਬੀ ਭਾਸ਼ਾ ਦਾ ਇਹ ਲੈਵਲ ਜਿਹੜਾ ਵਾ ਉਹ ਬੰਦ ਕੀਤਾ ਜਾ ਰਿਹਾ, ਫਿਰ ਤਾਂ ਮੈਂ ਕੋਈ ਮੇਰੀ ਤਕਲੀਫ ਦੀ ਹੱਦ ਨੀ ਰਹੀ ਕਿ ਜਿਹੜੇ ਕੰਮ ਵਾਸਤੇ ਮੈਂ ਜਰਮਨੀ ਤੋਂ ਮਾਈਗ੍ਰੇਟ ਹੋਇਆ ਆਪਣੇ ਬੱਚਿਆਂ ਨੂੰ ਇੱਥੇ ਲੈ ਕੇ, ਉਹੀ ਪੰਜਾਬੀ ਭਾਸ਼ਾ ਦਾ ਅੱਜ ਇਹ ਹਾਲ ਆ ਕਿ ਉਹ ਬੰਦ ਹੋ ਰਹੀ ਹੈ। ਜਿਹੜੀ ਆਪ ਨਾਰਾਇਣ ਕਲਾਧਾਰ ਗੁਰੂ ਨਾਨਕ ਸਾਹਿਬ ਦੇ ਹੁਕਮ ਦੇ ਨਾਲ ਗੁਰੂ ਅੰਗਦ ਸਾਹਿਬ ਨੇ 35 ਏਕੜੀ ਬਣਾ ਕੇ ਸ਼ੁਰੂ ਕਰਾਈ, ਜਿਹਨਾਂ ਨੂੰ ਅੱਗੇ ਲੈ ਕੇ ਗਦਰੀ ਬਾਬਿਆਂ ਨੇ ਵਿਦੇਸ਼ਾਂ ਦੇ ਵਿੱਚ ਝੰਡੇ ਗੱਡੇ, ਤੇ ਉਹ ਭਾਸ਼ਾ ਦਾ ਅੱਜ ਇਹ ਹਾਲ ਹੈ ਕਿ ਉਹਦੀ ਉਹਨੂੰ ਪੜ੍ਹਨ ਵਾਲਾ ਕੋਈ ਨੀ ਹੈਗਾ, ਉਹਨੂੰ ਤਾਂ ਇਹ ਲੈਵਲ ਬੰਦ ਹੋ ਰਿਹਾ। ਤੇ ਉਹ ਫਿਰ ਜਿਹੜੀ ਤਕਲੀਫ ਸੀਗੀ ਨਾ ਉਹ ਬਰਦਾਸ਼ਤ ਤੋਂ ਬਾਹਰ ਸੀਗੀ, ਉਹਦੇ ਕਰਕੇ ਫਿਰ ਦਿਨ ਰਾਤ ਜਿਹੜੀ ਉਹ ਭੱਜ ਨੱਠ ਕੀਤੀ, ਸਾਰਿਆਂ ਨੂੰ ਹੱਥ ਪੈਰ ਜੋੜੇ, ਪੰਜਾਬੀ ਕਮਿਊਨਿਟੀ ਵੱਲੋਂ ਬੜਾ ਤਗੜਾ ਸਹਿਯੋਗ ਮਿਲਿਆ, ਤੇ ਇਹ ਪੰਜਾਬੀ ਭਾਸ਼ਾ ਚੇਤਨਾ ਬੋਰਡ ਜਿਹੜਾ ਉਹ ਕਾਇਮ ਕੀਤਾ ਅਵੇਅਰਨੈਸ ਵਾਸਤੇ, ਤਾਂ ਕਿ ਆਪਾਂ ਪੰਜਾਬੀ ਦਾ ਬੋਲਬਾਲਾ ਜਿਹੜਾ ਆਪਣਾ ਪਹਿਲਾਂ ਹੁੰਦਾ ਸੀਗਾ ਤੇ ਉਹੀ ਆਪਾਂ ਫਿਰ ਦੁਬਾਰਾ ਕਰ ਸਕੀਏ, ਕਾਇਮ ਕਰ ਸਕੀਏ। ਠੀਕ ਹੈ ਹਰਵੀਰ ਜੀ, ਪੰਜਾਬੀਆਂ ਨੂੰ ਬਾਹਰ ਵਾਸਤੇ ਵੀ ਬਹੁਤ ਦੇਰ ਹੋ ਗਈ ਆ, ਤੇ ਪੰਜਾਬੀ ਨੂੰ ਪਿਆਰ ਕਰਨ ਵਾਲੇ ਵੀ ਵਾਲੇ ਵੀ ਕੋਈ ਕਮੀ ਨਹੀਂ ਹੈ ਸਾਡੇ ਵਿੱਚ, ਪਰ ਇੰਨੀ ਦੇਰ ਤੋਂ ਬਾਅਦ ਜਿਹੜੀ ਪੰਜਾਬੀ ਭਾਸ਼ਾ ਪ੍ਰਤੀ ਚੇਤਨਾ ਲਹਿਰ ਇੱਕ ਸ਼ੁਰੂ ਹੋਈ ਆ, ਇਹ ਇਸਨੂੰ ਇੰਨੀ ਦੇਰ ਕਿਉਂ ਲੱਗੀ ਹੁਣ? ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਸਭਾਵਾਂ ਨੇ ਖਾਸ ਕਰਕੇ ਇੰਗਲੈਂਡ ਵਿੱਚ ਵੀ ਉਹ ਪੰਜਾਬੀ ਭਾਸ਼ਾ ਪ੍ਰਤੀ ਬੜੇ ਉੱਦਮ ਕਰ ਰਹੇ ਨੇ ਜਿਵੇਂ ਤੁਸੀਂ ਕਰ ਰਹੇ ਹੋ, ਤੇ ਇਸਦਾ ਇਹ ਹੁਣੇ ਥੋੜੇ ਜਿਹੇ ਸਮੇਂ ਦੇ ਵਿੱਚ ਇਸਦਾ ਕੀ ਕਾਰਨ ਹੈ ਕਿ ਹੁਣ ਇਸਦਾ ਇੰਨਾ ਜ਼ਿਆਦਾ ਫਿਕਰ ਆ, ਜਾਂ ਕਿ ਪਹਿਲਾਂ ਇੰਨਾ ਫਿਕਰ ਨਹੀਂ ਸੀ ਜਾਂ ਲੋਕ ਇੰਨੇ ਚੇਤਾ ਨਹੀਂ ਸੀਗੇ, ਇਸਦਾ ਕੀ ਕਾਰਨ ਤੁਸੀਂ ਦੇਖ ਰਹੇ ਹੋ? ਕਾਰਨ ਉਹੀ ਹੈ ਜੀ, ਜਦ ਇਹ ਬਣ ਲੱਗ ਗਏ ਤਾਂ ਫਿਰ ਉਸ ਜਾ ਕੇ ਹੋਰ ਕੋਈ ਕਾਰਨ ਨਹੀਂ ਆ। ਹੁਣ ਇਹ ਕਿਉਂ ਇਹਨੇ ਬੰਦ ਕੀਤਾ ਵਾ ਇਹ ਲੈਵਲ ਤੇ, ਹੁਣ ਸਾਰਿਆਂ ਨੂੰ ਇੱਥੇ ਆਪਾਂ ਪਤਾ ਲੱਗਾ ਵਾ ਤੇ ਆਪਾਂ ਸਾਰੇ ਚੇਤਨ ਹੋਏ ਆ ਤੇ ਆਪਣੇ ਯਤਨ ਤੇਜ਼ ਕੀਤੇ, ਯਤਨ ਤਾਂ ਪਹਿਲਾਂ ਵੀ ਹੋ ਰਹੇ ਸੀਗੇ, ਪੰਜਾਬੀ ਮੀਡੀਆ ਜਿਹੜਾ ਵਾ ਉਹ ਯਤਨ ਕਰ ਰਿਹਾ, ਲੇਕਿਨ ਉਸ ਪੱਧਰ ਤੇ ਯਤਨ ਨਹੀਂ ਸੀ ਹੋ ਰਹੇ। ਔਰ ਜਦੋਂ ਇੱਥੇ ਸਾਰਿਆਂ ਨੇ ਸਾਹਿਤਕ ਸਭਾਵਾਂ ਨੇ ਜਿਹੜਾ ਵਾ ਤੁਹਾਡੇ ਵਰਗੇ ਜਿਹੜੇ ਰਾਈਟਰ ਆ ਪੋਇਟ ਆ ਉਹਨਾਂ ਨੇ ਦਿਨ ਰਾਤ ਇੱਕ ਕੀਤਾ, ਉਹ ਇਹ ਹੁਣ ਤਾਂ ਜਿਹੜਾ ਵਾ ਉਹ ਕੰਮ ਜਿਹੜਾ ਬਹੁਤ ਜ਼ਿਆਦਾ ਖਰਾਬ ਹੋ ਗਿਆ ਵਾ, ਇਹ ਲੈਵਲ ਇੱਥੇ ਬੰਦ ਹੋ ਗਿਆ, ਉਸ ਤੋਂ ਬਾਅਦ GCSE ਬੰਦ ਹੋ ਜਾਊਗੀ, ਫਿਰ ਅਗਲੀਆਂ ਆਉਣ ਵਾਲੀਆਂ ਪੀੜ੍ਹੀਆਂ ਪੰਜਾਬੀ ਤੋਂ ਬਿਲਕੁਲ ਟੁੱਟ ਜਾਣਗੀਆਂ, ਤੇ ਇਸ ਕਰਕੇ ਫਿਰ ਉਹ ਇੰਟਰਨੈਸ਼ਨਲ ਲੈਵਲ ਤੇ ਬੜਾ ਜ਼ਿਆਦਾ ਰੌਲਾ ਪੈ ਰਿਹਾ। ਇੱਕ ਜਿਹੜੀ ਸਾਨੂੰ ਐਡਵਾਂਟੇਜ ਮਿਲੀ ਆ ਉਹ ਇਹ ਮਿਲੀ ਆ ਕਿ ਜਿਹੜੀ ਮਾਰਚ ਦੇ ਐਂਡ ਦੇ ਵਿੱਚ ਪਾਬੰਦੀ ਲੱਗੀ ਆ, ਔਰ ਸਭ ਤੋਂ ਪਹਿਲੀ ਜਿਹੜੀ ਪਹਿਲ ਕੀਤੀ ਆ, ਬੜੀ ਹੈਰਾਨੀ ਵਾਲੀ ਗੱਲ ਹੈ ਔਰ ਬੜੀ ਖੁਸ਼ੀ ਵਾਲੀ ਗੱਲ ਵੀ ਹੈ ਕਿ ਆਪਾਂ ਇਹ ਸਿੱਖ ਚੈਨਲ ਦੇ ਹੇਅਰ ਸਟੂਡੀਓ 'ਚ ਬੈਠੇ ਹਾਂ, ਔਰ ਹੇਅਰ ਤੋਂ ਜਿਹੜੇ MP ਆ ਜੌਨ ਮਾਰਟਿਨ ਮੈਕਡੋਨਲ, ਉਹਨਾਂ ਨੇ ਮਾਰਚ ਤੱਕ ਸਭ ਤੋਂ ਪਹਿਲਾਂ ਉਹਨਾਂ ਕਰਤੀ, ਉਹਨਾਂ ਨੇ ਇੱਕ ਇਲੈਕਟ੍ਰੋਨਿਕ ਪਟੀਸ਼ਨ ਸ਼ੁਰੂ ਕਰ ਦਿੱਤੀ ਸੀ, ਉਸ ਤੋਂ ਬਾਅਦ ਫਿਰ ਸਿੱਖ ਚੈਨਲ ਦੇ ਉੱਤੇ ਸਾਡੇ ਸਤਿਕਾਰਯੋਗ ਗੁਰਜੀਤ ਸਿੰਘ ਗਿੱਲ ਤੇ ਉਹ ਸ਼ੋਅ ਕਰ ਰਹੇ ਸੀਗੇ, ਤੇ ਉਹਨਾਂ ਨੇ ਨਾਗਰਾ ਸਾਹਿਬ ਨਾਮ ਸੀਗੇ ਤੇ ਕੰਧਾਵੀ ਸਾਹਿਬ ਪ੍ਰੈਜ਼ੈਂਟ ਕਰ ਰਹੇ ਸੀਗੇ, ਉਹ ਜਦੋਂ ਸ਼ੋਅ ਕਰ ਰਹੇ ਸੀਗੇ ਤੇ ਮੈਂ ਆਪਣੇ ਘਰ TV ਦੇਖ ਰਿਹਾ ਸੀਗਾ, ਤੇ ਮੈਨੂੰ ਉਦੋਂ ਝਟਕਾ ਲੱਗਾ, ਫਿਰ ਮੈਂ ਉਦੋਂ ਸਾਰੇ ਜਿਹੜੇ ਸਾਹਿਤਕ ਸਭਾਵਾਂ ਉਹਨਾਂ ਨੂੰ ਯਾਰਾਂ ਦੋਸਤਾਂ ਨੂੰ ਫੋਨ ਕੀਤੇ, ਫਿਰ 5 ਅਪ੍ਰੈਲ ਨੂੰ ਅਸੀਂ ਪਹਿਲੀ ਮੀਟਿੰਗ ਜਿਹੜੀ ਸੀਗੀ ਉਹ ਵੋਰੋ ਹੈਡ ਨੂੰ ਕੀਤੀ ਸੀਗੀ, ਡਾਕਟਰ ਰੀਅਲ ਉਹਨਾਂ ਨੇ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਉਹਦੇ ਵਿੱਚ, ਤੇ ਡਾਕਟਰ ਸਾਧੂ ਸਿੰਘ ਹੋਣੀ ਉੱਥੇ ਪਹੁੰਚੇ ਸੀਗੇ ਚੇਚੇ ਤੌਰ ਦੇ ਉੱਤੇ, ਉਹਨਾਂ ਨੇ ਕਿਹਾ ਸਿੱਖ ਚੈਨਲ ਵੱਲੋਂ ਪੂਰਾ ਸਹਿਯੋਗ ਮਿਲੂਗਾ, ਔਰ ਸਿੱਖ ਚੈਨਲ ਨੇ ਇੰਨਾ ਸਹਿਯੋਗ ਦਿੱਤਾ ਕਿ ਉਹਨਾਂ ਨੇ ਅੱਧੇ ਘੰਟੇ ਦਾ ਜਿਹੜਾ ਵੀਕਲੀ ਸ਼ੋਅ ਸੈਟਰਡੇ ਨੂੰ ਸਾਨੂੰ ਦਿੱਤਾ, ਉਸ ਤੋਂ ਇਲਾਵਾ ਸਿੱਖ ਚੈਨਲ ਦੀ ਪੂਰੀ ਟੀਮ A-Z ਉਹਨਾਂ ਤੱਕ ਖੁਦ ਇਨਵੋਲਵ ਹੋਏ ਆ, ਔਰ ਐਡਵਾਂਟੇਜ ਸਾਨੂੰ ਇਹ ਮਿਲਿਆ ਕਿ 7 ਮਈ ਨੂੰ ਇਲੈਕਸ਼ਨਾਂ ਸੀਗੀਆਂ, ਹੁਣ ਅਪ੍ਰੈਲ ਮਾਰਚ ਦੇ ਅੰਡੇ ਸਾਨੂੰ ਪਤਾ ਲੱਗਦਾ ਅਪ੍ਰੈਲ 'ਚ ਅਸੀਂ ਮੀਟਿੰਗ ਕਰਦੇ ਹਾਂ, ਅਖਬਾਰਾਂ 'ਚ ਬਿਆਨ ਲੱਗਦੇ ਰੌਲਾ ਪੈਂਦਾ, ਤੇ 7 ਮਈ ਨੂੰ ਜਿਹੜੀਆਂ ਇਲੈਕਸ਼ਨਾਂ ਇਲੈਕਸ਼ਨਾਂ ਤੋਂ ਪਹਿਲਾਂ ਪਹਿਲਾਂ ਸਿੱਖ ਚੈਨਲ ਦੇ ਜਿਹੜੇ ਓਨਰ ਆ ਸਿੱਖ ਡਾਕਟਰ ਸਾਧੂ ਸਿੰਘ ਹੋਣੀ ਸਾਰਿਆਂ ਨੇ ਰਲ ਕੇ, ਜਿਹੜੇ ਲੇਬਰ ਦੇ MP ਆ ਕੰਜ਼ਰਵੇਟਿਵ ਦੇ MP ਆ ਉਹਨਾਂ ਸਾਰਿਆਂ ਦੀਆਂ ਜਿਹੜੀਆਂ ਸਟੇਟਮੈਂਟਸ ਰਿਕਾਰਡ ਕਰ ਲਈਆਂ ਸੀਗੀਆਂ ਕਿ ਜੇ ਤੁਹਾਡੀ ਪਾਰਟੀ ਜਿੱਤਦੀ ਆ ਤੇ ਤੁਸੀਂ ਪੰਜਾਬੀ ਭਾਸ਼ਾ ਦਾ ਕੀ ਕਰੋਗੇ, ਬੰਦ ਕਰੋਗੇ ਨਹੀਂ ਕਰੋਗੇ, ਕੀ ਸਹਿਯੋਗ ਦਿਓਗੇ, ਤੇ ਉਹ ਜਿਹੜੀਆਂ ਇਲੈਕਸ਼ਨਾਂ ਦਾ ਐਡਵਾਂਟੇਜ ਇੰਨਾ ਮਿਲਿਆ ਕਿ ਲੇਬਰ ਪਾਰਟੀ ਨੇ ਗੱਲ ਚੁੱਕ ਲਈ, ਲੇਬਰ ਪਾਰਟੀ ਦੇ ਗੱਲ ਚੁੱਕਣ ਦੇ ਨਾਲ ਕੰਜ਼ਰਵੇਟਿਵ ਪਾਰਟੀ ਨੂੰ ਲੱਗਿਆ ਕਿ ਅਸੀਂ ਜਿਹੜੇ ਆ ਅਸੀਂ ਤੇ ਸਾਡੀਆਂ ਵੋਟਾਂ ਪੰਜਾਬੀਆਂ ਦੇ ਜਿਹੜੀਆਂ ਖੁੱਸ ਜਾਣੀਆਂ, ਤੇ ਉਹਦੀ ਵਜ੍ਹਾ ਦੇ ਨਾਲ ਫਿਰ ਉਹਨਾਂ ਨੇ ਬਿਆਨ ਦੇਣੇ ਪਏ ਕਿ ਅਸੀਂ ਜੇ ਪਾਵਰ ਦੇ ਵਿੱਚ ਆਏ ਤੇ ਅਸੀਂ ਪੰਜਾਬੀ ਭਾਸ਼ਾ ਦਾ ਜਿਹੜਾ A-level ਆ ਇਹਨੂੰ
ਖਤਮ ਨਹੀਂ ਕਰਾਂਗੇ ਤੇ ਉਹ ਸਟੇਟਮੈਂਟਾਂ ਜਿਹੜੀਆਂ ਸਾਰੀਆਂ ਅਸੀਂ ਰਿਕਾਰਡ ਕਰਕੇ ਸਭ ਤੋਂ ਪਹਿਲਾਂ ਕੰਮ ਇਹ ਕੀਤਾ ਕਿ ਅਸੀਂ ਵੈਬਸਾਈਟ ਬਣਾਈ punjabiaa.co.uk ਉਸ ਵੈਬਸਾਈਟ ਤੇ ਅੱਜ ਵੀ ਆਪਾਂ ਦੇਖੀਏ ਤੇ ਸਾਰੀਆਂ ਸਟੇਟਮੈਂਟਾਂ ਪਈਆਂ ਹਨ ਉਹ ਸਟੇਟਮੈਂਟਾਂ ਅਸੀਂ ਸਮੇਂ ਦੇ ਸਮੇਂ ਉਹਨਾਂ ਨੂੰ ਯਾਦ ਕਰਾਈ ਜਾਂਦੇ ਹਾਂ ਉਹ ਅਸੀਂ 7 ਮਈ ਤੋਂ ਪਹਿਲਾਂ ਹੀ ਤਕਰੀਬਨ ਅੱਧਾ ਜ਼ਿਆਦਾ ਅਸੀਂ ਕੰਮ ਜਿਹੜਾ ਸੀਗਾ ਉਹ punjabiaa.co.uk ਤੱਕ ਕਰ ਲਿਆ ਸੀਗਾ ਤੇ ਉਹ ਡਿਟੈਕਸ਼ਨ ਦੇ ਨਾਲ ਸਾਨੂੰ ਬਹੁਤ ਜ਼ਿਆਦਾ ਇਹ ਐਡਵਾਂਟੇਜ ਮਿਲ ਗਿਆ ਔਰ ਇਹ ਮੌਕਾ ਸਾਂਭ ਲਿਆ ਖਾਸ ਕਰਕੇ ਸਿੱਖ ਚੈਨਲ ਦਾ ਬੜਾ ਵੱਡਾ ਸਹਿਯੋਗ ਹੈ ਸਾਰੇ ਮੀਡੀਆ ਦਾ ਅਜੀਤ ਅਖਬਾਰ ਦਾ ਵੀ ਬਾਕੀਆਂ ਦਾ ਵੀ ਹੈ ਪੰਜਾਬੀ ਭਾਈਚਾਰੇ ਨੇ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਸਾਰੇ ਖਾਸ ਕਰਕੇ ਲੈਸਟਰ ਤੋਂ ਬੜਾ ਜ਼ਿਆਦਾ ਸਹਿਯੋਗ ਮਿਲਿਆ ਹਾਂਜੀ ਠੀਕ ਹੈ ਤੇ ਸਹਿਯੋਗ ਦੀ ਗੱਲ ਕਰਦੇ ਹੋਏ ਇਹ ਅਚੀਵਮੈਂਟਸ ਦੇ ਵਿੱਚ ਗੱਲ ਸਾਰੀਆਂ ਹੋਈਆਂ ਔਰ ਸਹੂਲਤ ਤੱਕ ਜਿਹੜੀ ਆ ਬਰੀਫਲੀ ਇਹ ਜਿਹੜੀ ਪੰਜਾਬੀ ਭਾਸ਼ਾ ਚੇਤਨਾ ਬੋਰਡ ਜਿਹੜੀ ਕਾਰਗੁਜ਼ਾਰੀ ਆ ਸਾਰੀ ਇਹ ਕਿੱਥੋਂ ਤੱਕ ਪਹੁੰਚੀ ਆ ਇਹ ਯੰਗ ਫਿਊਚਰ ਦੇ ਵਿੱਚ ਇਸਨੇ ਕੀ ਉਮੀਦ ਕਿ ਇਹਦੇ ਕਾਰਜਕਾਰੀ ਜਿਹੜੇ ਹੈਗੇ ਆ ਮੇਨ ਪੁਆਇੰਟਸ ਨੇ ਫਿਊਚਰ ਦੇ ਵਿੱਚ ਪੰਜਾਬੀ ਭਾਸ਼ਾ ਚੇਤਨਾ ਬੋਰਡ ਦਾ ਇੱਕੋ ਹੀ ਮਕਸਦ ਹੈ ਪੰਜਾਬੀ ਭਾਸ਼ਾ ਦੀ ਚੇਤਨਾ ਹਾਂਜੀ ਤੇ ਉਹਦੇ ਵਾਸਤੇ ਹਰ ਹੀਲਾ ਵਰਤਿਆ ਜਾ ਰਿਹਾ ਫੋਕਸ ਜਿਹੜਾ ਵਾ ਇਸ ਵੇਲੇ ਆਪਾਂ ਨੂੰ ਲੋੜ ਹੈ ਪੰਜਾਬੀ ਖਾਸ ਕਰਕੇ ਯੂਕੇ ਦੇ ਵਿੱਚ ਜੇ ਆਪਾਂ ਲੋੜ ਕਰ ਯੂਕੇ ਦੇ ਵਿੱਚ ਜਿਹੜਾ ਏ ਲੈਵਲ ਦਾ ਪਾਬੰਦੀ ਲੱਗੀ ਉਹਦੇ ਵਿੱਚ 2 ਹੀ ਪੁਆਇੰਟ ਸੀਗੇ ਕਿ ਸਾਡੇ ਕੋਲ ਗੁੱਡ ਟੀਚਰ ਨਹੀਂ ਹੈਗੇ ਗੁੱਡ ਐਗਜ਼ਾਮੀਨਰ ਨਹੀਂ ਹੈਗੇ ਤੇ ਸਾਡੀ ਜਿਹੜੀ ਆ ਗਿਣਤੀ ਬੜੀ ਘੱਟ ਹੈ ਪੰਜਾਬੀ ਐਗਜ਼ਾਮ ਦੇਣ ਵਾਲਿਆਂ ਦੀ ਏ ਲੈਵਲ ਵਾਕਿਆ ਉਹਨਾਂ ਦੀ ਗੱਲ ਸਹੀ ਨਹੀਂ ਹੈ ਤੇ ਹੁਣ ਐਗਜ਼ਾਮੀਨਰ ਜਾਂ ਟੀਚਰ ਜਿਹੜੇ ਆ ਟ੍ਰੇਨ ਕਰਨੇ ਉਹ ਪੰਜਾਬੀ ਕਮਿਊਨਿਟੀ ਦੇ ਕੰਮ ਨੇ ਨਾ ਪੰਜਾਬੀ ਕਮਿਊਨਿਟੀ ਦੇ ਕੋਲ ਫੰਡਸ ਹੈ ਉਹ ਉਹਨਾਂ ਨੇ ਸਮਝ ਲਿਆ ਉਹ ਤੇ ਕੋਆਪਰੇਟ ਕਰ ਰਹੇ ਆ ਪੰਜਾਬੀ ਜਿਹੜਾ ਐਜੂਕੇਸ਼ਨ ਡਿਪਾਰਟਮੈਂਟ ਕੋਆਪਰੇਟ ਕਰ ਰਿਹਾ AQA ਕੋਆਪਰੇਟ ਕਰ ਰਿਹਾ ਅਫਕੋਆਲ ਕੋਆਪਰੇਟ ਕਰ ਰਿਹਾ ਉਹਨਾਂ ਨੇ ਆਪਸ ਵਿੱਚ ਮੀਟਿੰਗਾਂ ਸ਼ੁਰੂ ਕਰ ਦਿੱਤੀਆਂ ਔਰ ਸਾਡੇ ਕੋਲ ਜਿਹੜੀਆਂ ਵਾ ਚਿੱਠੀਆਂ ਵੀ ਮੇਰੇ ਕੋਲ ਆਈਆਂ ਪਈਆਂ ਵਾ ਜਿਹੜੀਆਂ ਐਜੂਕੇਸ਼ਨ ਮਿਨਿਸਟਰ ਰਾਈਟ ਆਨਰੇਬਲ ਨੇ ਕਿ ਉਹਨਾਂ ਦੇ ਕੋਲੋਂ ਤੇ ਉਹ ਉਹਨਾਂ ਨੇ ਮੰਨਿਆ ਵਾ ਕਿ ਅਸੀਂ ਜਿਹੜਾ ਵਾ ਟੀਚਰ ਟ੍ਰੇਨਿੰਗ ਦਾ ਪ੍ਰੋਗਰਾਮ ਜਿਹੜਾ ਵਾ ਉਹ ਸਾਡੀ ਜ਼ਿੰਮੇਵਾਰੀ ਆ ਔਰ AQA ਦੀ ਵੈਬਸਾਈਟ ਉੱਤੇ ਆਪਾਂ ਜਾ ਕੇ ਦੇਖ ਸਕਦੇ ਹਾਂ ਕਿ ਟੀਚਰ ਟ੍ਰੇਨਿੰਗ ਦੀਆਂ ਵੈਕੈਂਸੀਆਂ ਵੀ ਹੈਗੀਆਂ ਵਾ ਐਗਜ਼ਾਮੀਨਰ ਦੀਆਂ ਵੈਕੈਂਸੀਆਂ ਵੀ ਹੈਗੀਆਂ ਪੰਜਾਬੀ ਦੇ ਸਾਡੇ ਵਾਸਤੇ ਇੱਕ ਓਪਰਚੁਨਿਟੀ ਆ ਜਿਹੜੇ ਇੱਥੇ ਭੈਣ ਭਰਾ ਪੜ੍ਹੇ ਲਿਖੇ ਸਭ ਆਪਣੇ ਹੈਗੇ ਆ ਉਹ AQA ਦੀ ਵੈਬਸਾਈਟ ਤੇ ਜਾਣ ਉੱਥੇ ਜਾ ਕੇ ਪੰਜਾਬੀ ਭਾਸ਼ਾ ਦੀਆਂ ਜਿਹੜੀਆਂ ਐਗਜ਼ਾਮੀਨਰ ਦੀਆਂ ਵੈਕੈਂਸੀਆਂ ਉਹਨਾਂ ਦੇ ਆਪਣਾ ਨਾਮ ਫਿਲ ਅਪ ਕਰਨ ਉਹਨਾਂ ਨੂੰ ਸੱਦਿਆ ਜਾਊਗਾ ਔਰ ਇੱਥੇ ਹੇਜ ਦੇ ਵਿੱਚ ਵੀ ਬੜੀ ਜ਼ਿਆਦਾ ਕੁਸ਼ਚਨ ਜਿਹੜੀਆਂ ਵਾ ਚਾਂਦਲਾ ਸਾਹਿਬ ਕਰ ਰਹੇ ਆ ਔਰ ਟੀਚਰ ਟ੍ਰੇਨਿੰਗ ਜਿਹੜੀ ਆ ਉਹ ਉਹਨਾਂ ਨੇ ਕੰਮ ਸਾਂਭ ਲਿਆ ਵਾ ਸਾਡੀ ਜਿਹੜੀ ਪ੍ਰਾਇਓਰਟੀ ਇਹ ਆ ਕਿ ਗਿਣਤੀ ਕਿੱਦਾਂ ਵਧਾਉਣੀ ਗਿਣਤੀ ਜਿਹੜੀ ਵਧਾਉਣ ਦਾ ਇੱਕ ਹੀ ਤਰੀਕਾ ਅਵੇਅਰਨੈਸ ਅਵੇਅਰਨੈਸ ਕਰਨ ਦਾ ਕੰਮ ਜਿਹੜਾ ਚੇਤਨਾ ਕਰਨ ਦਾ ਕੰਮ ਆ ਉਹ ਆਪਾਂ ਲੈ ਕੇ ਚੱਲ ਰਹੇ ਉਹਦੇ ਵਾਸਤੇ ਆਪਾਂ ਦਿਨ ਰਾਤ ਮਿਹਨਤ ਕਰ ਰਹੇ ਹਾਂ ਟੀਚਰ ਟ੍ਰੇਨਿੰਗ ਵਾਸਤੇ ਸਪੈਸਿਫਿਕ ਕੋਈ ਕ੍ਰਾਈਟੇਰੀਆ ਕੁਛ ਇੱਕ ਪ੍ਰੋਫੈਸ਼ਨਲਸ ਨੇ ਮਿਲ ਕੇ ਤਿਆਰ ਕੀਤਾ ਜਾਂ ਕਿ ਸੇਮ ਕ੍ਰਾਈਟੇਰੀਆ ਜਿਹੜਾ ਆਮ ਤੌਰ ਤੇ ਇੱਕ ਟੀਚਰ ਦਾ ਹੁੰਦਾ ਹੈ ਉਹਦੇ ਵਿੱਚ ਕਿਉਂਕਿ ਪੰਜਾਬੀ ਨੂੰ ਪੜ੍ਹਾਉਣਾ ਤੇ ਇੱਕ ਇੱਥੋਂ ਦੀ ਹੋਸਟ ਕਮਿਊਨਿਟੀ ਨੂੰ ਉਹਨਾਂ ਦੇ ਆਪਣੀ ਲੈਂਗੁਏਜ ਵਿੱਚ ਪੜ੍ਹਾਉਣਾ ਇਹ ਥੋੜ੍ਹਾ ਬਹੁਤਾ ਤਾਂ ਅੰਤਰ ਹੋ ਗਿਆ ਤੁਹਾਨੂੰ ਬਹਿਣ ਉੱਠਣ ਦਾ ਗੱਲਬਾਤ ਕਰਨ ਦਾ ਮੌਕਾ ਮਿਲਿਆ ਤੇ ਮੈਨੂੰ ਬਹੁਤ ਗੱਲਾਂ ਦਾ ਮੈਨੂੰ ਖੁਦ ਨੂੰ ਵੀ ਗਿਆਨ ਹੋਇਆ ਤੇ ਉਹ ਜਿਹੜੀ ਕ੍ਰਾਈਟੇਰੀਆ ਵਾ ਆਪਣਾ ਉਹਨਾਂ ਨੇ ਸੈੱਟ ਕੀਤਾ ਵਾ ਇਹ ਆਪਣੀ ਜਿਹੜੀ ਐਸ ਐਲ ਏ ਪ੍ਰੋਬਲਮ ਹੈ ਇਹ ਇੱਕ ਐਜੂਕੇਸ਼ਨਲ ਤੇ ਪੋਲੀਟੀਕਲ ਪ੍ਰੋਬਲਮ ਹੈ ਸਿਰਫ ਐਜੂਕੇਸ਼ਨਲ ਵੀ ਨਹੀਂ ਹੈ ਸਿਰਫ ਪੋਲੀਟੀਕਲ ਵੀ ਨਹੀਂ ਹੈ ਤੇ ਐਜੂਕੇਸ਼ਨਲ ਜਿਹੜਾ ਪਾਸਾ ਵਾ ਉਹ ਆਪਣੇ ਜਿੰਨੇ ਵੀ ਭਾਸ਼ਾ ਵਿਗਿਆਨੀ ਆ ਜਿਹੜੇ ਸਿੱਖ ਚੈਨਲ ਤੇ ਸਾਰੇ ਆ ਕੇ ਮੀਟਿੰਗਾਂ ਕਰਦੇ ਰਹੇ ਸ਼ੋਅ ਕਰਦੇ ਰਹੇ ਸਾਰੇ ਆਪਾਂ ਜਾਣਦੇ ਉਹਨਾਂ ਨੇ ਸਾਂਭਿਆ ਹੋਇਆ ਵਾ ਮੈਂ ਉਹ ਟੱਚ ਨਹੀਂ ਕਰਦਾ ਜਿੱਦਾਂ ਇੱਥੇ ਚਾਂਦਲਾ ਸਾਹਿਬ ਆ ਉਹਨਾਂ ਨੂੰ ਉਹਨਾਂ ਦਾ ਜਿਹੜਾ ਕ੍ਰਾਈਟੇਰੀਆ ਜੇ ਆਪਾਂ ਉਹਦੇ ਬਾਰੇ ਜਾਣਨਾ ਹੋਵੇ ਤੇ AQA ਦੀ ਵੈਬਸਾਈਟ ਤੇ ਜਾ ਕੇ ਆਪਾਂ ਸਾਰਾ ਉਹ ਦੇਖ ਸਕਦੇ ਹਾਂ ਕਿ ਆ ਤੇ ਜਿਹੜਾ ਮੇਰਾ ਕੰਮ ਆ ਉਹ ਆ ਚੇਤਨਾ ਅਵੇਅਰਨੈਸ ਨਾਲ ਉਹ ਅਵੇਅਰਨੈਸ ਜਿਹੜੀ ਆਪਾਂ ਕੋਸ਼ਿਸ਼ ਕਰਾਂਗੇ ਇੰਟਰਨੈਸ਼ਨਲ ਲੈਵਲ ਤੇ ਹੋਵੇ ਕਿਉਂਕਿ ਇੱਥੋਂ ਜਿਹੜੇ ਆਪਣੇ ਪੰਜਾਬੀ ਆ ਉਹ ਇੰਡੀਆ ਜਾਂਦੇ ਆ ਇੰਡੀਆ ਤੋਂ ਇੱਥੇ ਆਉਂਦੇ ਆ ਤੇ ਉਹ ਇੰਡੀਆ ਚ ਵੀ ਜਿਹੜਾ ਬੁਰਾ ਹਾਲ ਹੈ ਇਸੇ ਕਰਕੇ ਉੱਥੇ ਵੀ ਜਿਹੜੀਆਂ ਬੜੀਆਂ ਕੋਸ਼ਿਸ਼ਾਂ ਚੱਲ ਰਹੀਆਂ ਦਿੱਲੀ ਦੇ ਵਿੱਚ ਬੜੀਆਂ ਕੋਸ਼ਿਸ਼ ਹੋ ਚੁੱਕੀਆਂ ਵਾ ਤੇ ਉਹ ਪੰਜਾਬੀ ਭਾਸ਼ਾ ਦਾ ਜਿਹੜਾ ਚੇਤਨਾ ਦਾ ਪ੍ਰੋਗਰਾਮ ਹੈ ਲਹਿਰ ਚਲਾਉਣ ਦਾ ਪ੍ਰੋਗਰਾਮ ਹੈ ਉਹ ਇੱਕ ਇੰਟਰਨੈਸ਼ਨਲ ਲੈਵਲ ਦੇ ਬਿਨਾਂ ਚ ਨਹੀਂ ਹੋਊਗਾ ਉਦੋਂ ਚਿਰ ਤੱਕ ਆਪਾਂ ਗਿਣਤੀ ਵਧਾ ਨਹੀਂ ਸਕਦੇ ਬੱਚਿਆਂ ਦੀ ਗਿਣਤੀ ਜਿੰਨਾ ਚਿਰ ਯੂਕੇ ਦੇ ਵਿੱਚ ਆਪਾਂ ਨਹੀਂ ਵਧਾਵਾਂਗੇ ਉਹਨਾਂ ਚਿਰ ਤੱਕ ਗੌਰਮੈਂਟ ਵੱਲੋਂ ਹੁਣ ਤਾਂ ਆਪਾਂ ਨੂੰ ਪੂਰਾ
ਸਹਿਯੋਗ ਹੈ। ਗਵਰਨਮੈਂਟ ਨੇ ਹੁਣ ਤੱਕ ਜਿਹੜੀ ਅਚੀਵਮੈਂਟ ਦੀ ਗੱਲ ਕਰ ਰਹੇ ਨੇ ਆਪਾਂ, ਹੁਣ ਤੱਕ ਜਿਹੜਾ ਇੰਨਾ ਸਹਿਯੋਗ ਆਪਾਂ ਨੂੰ ਤਗੜਾ ਮਿਲਿਆ ਕਿ ਜਿਹੜਾ ਡਿਸੀਜਨ ਗਵਰਨਮੈਂਟ ਨੇ ਲਿਆ ਸੀਗਾ ਉੱਤੇ ਮੁੜ ਵਿਚਾਰ ਕਰਕੇ ਏਕਯੂਏ ਨੇ ਆਪਾਂ ਨੂੰ ਇੱਕ ਸਾਲ ਦੀ ਐਕਸਟੈਂਸ਼ਨ ਦੇ ਦਿੱਤੀ ਹੈ। ਪਹਿਲਾਂ 27 ਵਿੱਚ ਉਹਨਾਂ ਕੋਲ ਬੰਦੀ ਲਾਉਣੀ ਸੀ, ਹੁਣ ਉਹਨਾਂ ਨੇ 2018 ਦੇ ਵਿੱਚ ਉਹ ਕਹਿੰਦੇ ਅਸੀਂ ਖਤਮ ਕਰਾਂਗੇ ਜੇ ਸਾਡੇ ਸਾਰਾ ਸਿਸਟਮ ਠੀਕ ਨਾ ਹੋਇਆ ਤਾਂ। ਫਿਰ ਵੀ ਉਹ ਏਦਾਂ ਫੀਲ ਹੁੰਦਾ, ਮਹਿਸੂਸ ਹੋ ਰਿਹਾ ਕਿ ਉਹ ਖਤਮ ਨਹੀਂ ਕਰਨਗੇ, ਤੇ ਕਿਉਂਕਿ ਉਹ ਖੁਦ ਕੁਛ ਆ ਉਹਨਾਂ ਨੇ ਸ਼ੁਰੂ ਕਰਤੇ ਆ ਟੀਚਰ ਟ੍ਰੇਨਿੰਗ ਸਾਰਾ ਕੁਛ। ਤੇ ਉਸ ਤੋਂ ਬਾਅਦ ਜਿਹੜੀ ਆਪਣੀ ਹੋਰ ਇੱਕ ਵੱਡੀ ਪ੍ਰਾਪਤੀ ਹੋਈ ਕਿ ਵਿਸਾਖੀ ਦੇ ਮਾਰਚ ਦੇ ਵਿੱਚ ਅਪ੍ਰੈਲ ਚ ਸਾਡੇ ਕੰਪੇਨ ਚੱਲਦੇ, ਵਿਸਾਖੀ ਤੇ ਜੱਥਾ ਗਿਆ ਪਾਕਿਸਤਾਨ, ਉਹਨਾਂ ਦੇ ਪਾਕਿਸਤਾਨ ਦੀ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਥੇ ਹੋਰ ਉਹਨਾਂ ਨਾਲ ਗੱਲਬਾਤ ਕੀਤੀ ਤੇ ਉਹ ਕਹਿੰਦੇ ਠੀਕ ਹੈ ਜੀ ਅਸੀਂ ਸ਼ੁਰੂ ਕਰ ਦਾਂਗੇ। ਉਹਨਾਂ ਨੇ ਕੋਈ ਨਾ ਲੁੱਕ ਨਹੀਂ ਕੀਤੀ, ਉਹਨਾਂ ਨੇ ਐਲਾਨ ਕਰ ਦਿੱਤਾ ਵਿਸਾਖੀ ਦੇ ਉੱਤੇ, ਸਿੱਖ ਚੈਨਲ ਨੇ ਰਿਕਾਰਡ ਕੀਤਾ ਵਾ, ਉਹ ਪੰਜਾਬੀ ਏ ਲੈਵਲ .co.uk ਦੀ ਵੈਬਸਾਈਟ ਤੇ ਵੀਡੀਓ ਰਿਕਾਰਡ ਆਪਾਂ ਪਾਈ ਆ, ਉਹ ਦੇਖ ਸਕਦੇ ਆ। ਤੇ ਉਹਨਾਂ ਨੇ ਫਿਰ ਜਿਹੜੀ ਲਾਹੌਰ ਦੇ ਵਿੱਚ ਉਹਨਾਂ ਦੇ ਜਿਹੜੇ ਸਕੂਲ ਦੇ ਵਿੱਚ ਉਹਨਾਂ ਨੇ ਪੰਜਾਬੀ ਪੜ੍ਹਾਉਣੀ, ਗੁਰਮੁਖੀ ਪੰਜਾਬੀ ਗੁਰਮੁਖੀ ਪੜ੍ਹਾਉਣੀ ਸ਼ੁਰੂ ਵੀ ਕਰ ਦਿੱਤੀ ਹੈ। ਮਤਲਬ 47 ਤੋਂ ਬਾਅਦ ਇਹ ਹੋਇਆ, ਪਿਆਰ ਆਉਣਾ ਆਪਾਂ ਪਿੰਡ ਦੇ ਨਾਲ ਹੀ ਹੋਇਆ, ਮੈਂ ਤੇ ਕੁਛ ਨੀ ਕੀਤਾ ਨਾ, ਕਿਸੇ ਵਿਅਕਤੀ ਨੇ ਨੀ ਕੀਤਾ, ਲੇਕਿਨ ਇਹ ਸਾਰੇ ਸਾਂਝਾ ਉਪਰਾਲਾ ਜਾਗ ਪਏ ਸਾਰੇ ਕਿ ਵਾਕਈ ਪੰਜਾਬੀ ਜਿਹੜੀ ਆ ਉਹ ਉਹ ਜਿਹੜੀ ਆ ਬਹੁਤ ਜ਼ਿਆਦਾ ਪੜ੍ਹਨ ਵਾਲਿਆਂ ਦੀ ਗਿਣਤੀ ਘੱਟਦੀ ਜਾ ਰਹੀ ਹੈ। ਤੇ ਉਸ ਤੋਂ ਬਾਅਦ SGPC ਜਿਹੜੀ ਆ ਉਹਨਾਂ ਨੇ ਪੰਜਾਬੀ ਭਾਸ਼ਾ ਕਾਨਫਰੰਸ ਕਰਾਉਣ ਦਾ ਫੈਸਲਾ ਲੈ ਲਿਆ। 95 ਸਾਲ ਦੇ ਇਤਿਹਾਸ ਦੇ ਵਿੱਚ ਪਹਿਲੀ ਉਹ ਡੈਮੋਕ੍ਰੈਟਿਕ ਬੋਡੀ ਆ ਸਾਊਥ ਏਸ਼ੀਆ ਦੀ, ਤੇ ਉਹਨੇ 95 ਸਾਲ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਇਹ ਫੈਸਲਾ ਲਿਆ ਕਿ ਪੰਜਾਬੀ ਭਾਸ਼ਾ ਕਾਨਫਰੰਸ ਇੰਟਰਨੈਸ਼ਨਲ ਕਾਨਫਰੰਸ ਕਰਾਉਣ ਦੀ ਲੋੜ ਹੈ। ਜਿਹੜੀ ਉਹਨਾਂ ਨੇ ਪਹਿਲਾਂ ਰੱਖੀ ਸੀ ਉਹ ਕੈਂਸਲ ਕਰਨੀ ਵੀ ਪੰਜਾਬ ਦੇ ਹਾਲਾਤਾਂ ਕਰਕੇ, ਹੁਣ ਉਹਨਾਂ ਨੇ 5-6-7 ਫਰਵਰੀ ਨੂੰ ਜਿਹੜੀ ਆ ਕਾਨਫਰੰਸ ਕਰਾਉਣ ਦਾ ਫੈਸਲਾ ਲਿਆ ਵਾ। ਤੇ ਉਹਦੇ ਇੰਚਾਰਜ ਜਿਹੜੇ ਆ ਡਾਕਟਰ ਅਨੁਰਾਗ ਸਿੰਘ ਆ, ਹਿਸਟੋਰੀਅਨ ਆ ਤੇ ਬੜੇ ਸਮਝਦਾਰ ਆ, ਤੇ ਉਹ ਪੰਜਾਬੀ ਜਿਹੜੇ ਇਤਿਹਾਸ ਬੋਰਡ ਦੇ ਡਾਇਰੈਕਟਰ ਵੀ ਆ, ਤੇ ਉਹ ਸਾਰਾ ਕੰਮ ਕਾਰ ਉੱਥੇ ਦੇਖ ਰਹੇ। 3 ਦਿਨ ਤਕਰੀਬਨ ਕਾਨਫਰੰਸ ਹੋਣੀ, ਉਹ ਕਹਿੰਦੇ ਇੱਕ ਦਿਨ ਅਸੀਂ ਹੋਰ ਵਧਾ ਵੀ ਦੇਵਾਂਗੇ ਜੇ NRI ਕੇ ਸਾਰੇ ਇਕੱਠੇ ਹੋ ਕੇ ਕਹਿਣਗੇ ਤਾਂ। ਜਿਹੜੇ ਮਾਂ ਬਾਪ ਨੇ ਉਹਨਾਂ ਨੂੰ ਥੋੜਾ, ਕਿਉਂਕਿ ਮਾਂ ਬਾਪ ਆਪਣੇ ਬੱਚਿਆਂ ਨੂੰ ਕਰੇਜ ਕਰਨਗੇ, ਮਾਂ ਬਾਪ ਪਹਿਲਾਂ ਉਹਦੀ ਲੋੜ ਸਮਝਣਗੇ, ਮਾਂ ਬਾਪ ਆਪਣੇ ਬੱਚਿਆਂ ਨੂੰ ਤਿਆਰ ਕਰਨਗੇ ਪੰਜਾਬੀ ਸਿੱਖਾਂ ਵਾਸਤੇ, ਤੇ ਕਿ ਮਾਂ ਬਾਪ ਨੂੰ ਕਿੰਨਾ ਕੁ ਤੁਸੀਂ ਇਨਵੋਲਵ ਕਰਦੇ। ਮਾਂ ਬਾਪ ਨੂੰ ਆਪਸ ਹੀ ਅਵੇਅਰ ਤਾਂ ਹੁਣ ਮਾਂ ਬਾਪ ਦੇਖ ਰਹੇ, ਅਵੇਅਰ ਹੋ ਰਹੇ ਆ, ਪਰ ਇੱਕ ਲੋੜ ਸਮਝਣ ਦੇ ਪੱਖ ਤੋਂ ਵੀ ਕਿਉਂ ਸਾਡੇ ਬੱਚਿਆਂ ਨੂੰ ਪੰਜਾਬੀ ਜਿਹੜੀ ਮਦਰ ਟੰਗ ਆ ਉਹਦੀ ਜ਼ਰੂਰਤ ਕਿਉਂ ਪੈਂਦੀ ਆ, ਕਿਉਂ ਜ਼ਰੂਰੀ ਆ, ਕਿਹੜੀ ਚੀਜ਼ ਆ ਬੱਚੇ ਦੀ ਇੰਟਰਨਲੀ ਆਪਣੇ ਆਤਮਿਕ ਤੌਰ 'ਤੇ, ਖਾਸ ਤੌਰ 'ਤੇ ਜਿਹੜੀ ਪੰਜਾਬੀ ਭਾਸ਼ਾ ਆ ਉਹ ਸਰੀਰਕ ਖੁਰਾਕ ਦੇ ਨਾਲ ਨਾਲ ਬੱਚੇ ਦੀ ਸਰਵ ਪੱਖਰ ਵਿਕਾਸ ਦੇ ਵਾਸਤੇ ਬੱਚੇ ਲਈ ਕਿਉਂ ਭਾਸ਼ਾ ਜ਼ਰੂਰੀ ਆ, ਤੁਸੀਂ ਇਹਦੇ ਪ੍ਰਤੀ ਮਾਂ ਪਿਓ ਨੂੰ ਜਾਗਰੂਕ ਕਰਨ ਲਈ ਕੋਈ ਉਪਰਾਲਾ ਕੀਤਾ ਹੈ? ਬਹੁਤ ਤੁਸੀਂ ਵਧੀਆ ਗੱਲ ਕੀਤੀ ਹੈ। ਮਾਂ ਪਿਓ ਜਿਹੜੇ ਉਹ ਪਹਿਲਾਂ ਸਕੂਲ ਤੋਂ ਮਾਂ ਹੀ ਹੁੰਦੀ ਹੈ ਨਾ ਜੀ, ਜੇ ਮਾਂ ਪਿਓ ਜਿਹੜੇ ਆ ਉਹ ਬੱਚੇ ਨੂੰ ਇਨਕਰੇਜ ਕਰਨਾ ਸ਼ੁਰੂ ਕਰਦੇ ਆ ਤੇ ਫਿਰ ਜਿਹੜਾ ਉਹ ਕੰਮ ਸੌਖਾ ਹੋ ਜਾਂਦਾ। ਪਰ ਆਪਾਂ ਜਿਹੜਾ ਤਕਰੀਬਨ BBC ਵਾਲੇ ਜਿਹੜੇ ਆ ਉਹ 50 ਸਾਲ ਦਾ ਏਸ਼ੀਅਨ ਬ੍ਰੌਡਕਾਸਟਿੰਗ ਦੀ 50ਵੀਂ ਵਰੇਗੰਢ ਮਨਾ ਰਹੇ ਆ। ਹਾਂਜੀ, ਹੁਣ 2015 ਮਨਾ ਰਹੇ ਆ, ਔਰ ਉਹਨਾਂ ਨੇ ਜਦੋਂ 1955 ਸ਼ੁਰੂ ਕੀਤੀ ਸੀਗੀ ਏਸ਼ੀਅਨ ਪ੍ਰੋਗਰਾਮ ਦੀ ਬ੍ਰੌਡਕਾਸਟਿੰਗ, ਉਹਦੇ ਵਿੱਚ ਉਹ ਅੰਗਰੇਜ਼ੀ ਸਿਖਾਉਂਦੇ ਹੁੰਦੇ ਸੀਗੇ, ਹੈ ਨਾ ਜੀ। ਕਿਉਂ ਸਿਖਾਉਂਦੇ ਸੀ? ਕਿਉਂਕਿ ਉਹ ਸਾਊਥ ਏਸ਼ੀਅਨ ਕਮਿਊਨਿਟੀ ਜਿਹੜੀ ਆਈ ਸੀਗੀ ਇੱਥੇ, ਉਹਨਾਂ ਨੂੰ ਅੰਗਰੇਜ਼ੀ ਸਿੱਖਣ ਦੀ ਲੋੜ ਸੀਗੀ, ਤੇ ਉਦੋਂ ਘਰਾਂ ਦੇ ਵਿੱਚ ਵੀ ਇਹ ਟ੍ਰੈਂਡ ਸੀਗਾ ਵੀ ਉਹ ਅੰਗਰੇਜ਼ੀ ਸਿੱਖਣੀ ਆ, ਘਰਾਂ ਦੇ ਵਿੱਚ ਅੰਗਰੇਜ਼ੀ ਬੋਲੀ ਜਾਂਦੀ। ਉਹ ਟ੍ਰੈਂਡ ਅਜੇ ਤੱਕ ਚੇਂਜ ਨਹੀਂ ਹੋਇਆ, ਤੇ ਉਹ ਟ੍ਰੈਂਡ ਅਜੇ ਤੱਕ, ਲੇਕਿਨ ਹੁਣ ਆਪਾਂ ਨੂੰ ਲੋੜ ਇਹ ਪੈ ਗਈ ਆ ਕਿ ਘਰਾਂ ਦੇ ਵਿੱਚ ਪੰਜਾਬੀ ਬੋਲੀ ਜਾਵੇ। ਹੁਣ BBC ਨੂੰ ਚਾਹੀਦਾ ਹੈ ਕਿ 50ਵੀਂ ਵਰੇਗੰਢ ਤੇ ਸਾਊਥ ਏਸ਼ੀਅਨ ਕਮਿਊਨਿਟੀ ਨੂੰ ਇਹ ਤੋਹਫਾ ਦੇਵੇ ਕਿ ਪੰਜਾਬੀ ਸਿਖਾਉਣ ਦੀਆਂ ਪ੍ਰੋਗਰਾਮ ਸ਼ੁਰੂ ਕਰੇ। ਹਾਂਜੀ, ਜੇ ਪੰਜਾਬੀ ਤੇ ਗੁਜਰਾਤੀ ਦੋ ਹੀ ਕਮਿਊਨਿਟੀਆਂ ਜ਼ਿਆਦਾ ਸਾਊਥ ਏਸ਼ੀਅਨ ਇੱਥੇ ਹੈਗੀਆਂ, ਤੇ ਪੰਜਾਬੀ ਨੂੰ ਵੀ ਢਾਲ ਲੱਗੀ ਹੈ ਤੇ ਗੁਜਰਾਤੀ ਵੀ ਜਿਹੜੀ ਆ ਉਹ ਵੀ ਇਸੇ ਦਾਇਰੇ 'ਚ ਹੈ। ਤੇ ਉਹਨਾਂ ਨੂੰ ਚਾਹੀਦਾ ਕਿ BBC ਨੂੰ ਕਿ ਇਹ ਇੱਕ ਪ੍ਰੋਗਰਾਮ ਜਿਹੜੇ ਜਿਸ ਤਰ੍ਹਾਂ 50 ਸਾਲ ਪਹਿਲਾਂ ਉਹਨਾਂ ਨੇ ਅੰਗਰੇਜ਼ੀ ਸਿਖਾਉਣ ਦੇ ਸ਼ੁਰੂ ਕੀਤੇ ਸੀਗੇ, ਹੁਣ ਅੰਗਰੇਜ਼ੀ ਦੀ ਲੋੜ ਨਹੀਂ ਕਿਉਂਕਿ ਜਨਰੇਸ਼ਨ 3 ਆ ਚੁੱਕੀ ਹੈ, ਤੇ ਹੁਣ ਪੰਜਾਬੀ ਦੀ ਲੋੜ ਆ, ਔਰ ਗੁਜਰਾਤੀ ਵਗੈਰਾ ਇਹ ਭਾਸ਼ਾਵਾਂ ਜਿਹੜੀਆਂ ਉਹਨਾਂ ਦੀ ਲੋੜ ਆ। ਤੇ ਇਸ ਵੇਲੇ ਪੰਜਾਬੀ ਸਿਖਾਉਣ ਦੇ ਜੇ ਪ੍ਰੋਗਰਾਮ ਜੇ BBC ਸ਼ੁਰੂ ਕਰ ਲਵੇ, BBC ਨੂੰ ਆਪਾਂ ਸਾਰੇ ਪੈਸੇ ਵੀ ਦਿੰਦੇ ਆ, ਬਾਈ ਲਾ ਉਹਨਾਂ ਦਾ ਰਾਈਟ ਆਪਣਾ ਰਾਈਟ ਬਣਦਾ ਵਾ, ਤੇ ਉਹਨਾਂ ਨੂੰ ਸਿਖਾਉਣੀ ਵੀ ਚਾਹੀਦੀ ਆ। ਤੇ
ਇਸੇ ਕਰਕੇ ਜਿਹੜਾ ਹੁਣ ਉਹ ਟ੍ਰੈਂਡ ਮਾਂ ਪਿਓ ਦਾ ਵਾ ਘਰਾਂ ਚ ਅੰਗਰੇਜ਼ੀ ਬੋਲਣ ਦਾ ਅਜੇ ਤੱਕ ਚੱਲ ਰਿਹਾ ਵਾ ਤੇ ਉਹ ਚੇਂਜ ਕਰਨ ਦੀ ਬੜੀ ਜ਼ਿਆਦਾ ਲੋੜ ਹੈ ਕਿ ਵੱਧ ਤੋਂ ਵੱਧ ਜਿਹੜੀ ਘਰਾਂ ਦੇ ਵਿੱਚ ਬੱਚੇ ਦੇ ਨਾਲ ਜੇ ਤੁਸੀਂ ਪੰਜਾਬੀ ਬੋਲੋਗੇ ਇੰਗਲਿਸ਼ ਤਾਂ ਬੱਚਿਆਂ ਨੇ ਸਿੱਖ ਹੀ ਲੈਣੀ ਸਕੂਲ ਜਾਓਗੇ ਨਾ ਆਟੋਮੈਟਿਕ ਉੱਥੇ ਕੋਈ ਪ੍ਰੋਬਲਮ ਆਉਣੀ ਨਹੀਂ ਹੈ ਤੇ ਆਪਾਂ ਨੂੰ ਘਰੇ ਬੱਚਿਆਂ ਦੇ ਨਾਲ ਮੈਂ ਘਰ ਆਪਣੇ ਬੱਚਿਆਂ ਨਾਲ ਪੰਜਾਬੀ ਬੋਲਦਾ ਵਾ ਮੇਰੇ ਬੱਚੇ ਜਿਹੜੇ ਉਹ ਵੁਲਵਰਹੈਂਪਟਨ ਸਕੂਲ ਜਾਂਦੇ ਸਾਰੇ ਟੀਚਰ ਉੱਥੇ ਇੰਝ ਫੀਲ ਕਰਦੇ ਆ ਕਿ ਜਿੱਦਾਂ ਉਹ ਪੰਜਾਬ ਤੋਂ ਆਏ ਆ ਤਾਜ਼ੇ ਤਾਜ਼ੇ ਤੇ ਉੱਥੇ ਬਿਲਕੁਲ ਠੇਠ ਪੰਜਾਬੀ ਬੋਲਦੇ ਆ ਤੇ ਜੇ ਆਪਾਂ ਪੰਜਾਬੀ ਜਿਹੜੀ ਭਾਸ਼ਾ ਸੀਨਾ ਮਸੀਨਾ ਜਿਹੜੀ ਚੱਲੀ ਆ ਰਹੀ ਜਿਹੜੀ ਕਈ ਅੱਖਰ ਜਿਹੜੇ ਆ ਉਹ ਕਿਤਾਬਾਂ ਚ ਨਹੀਂ ਹੈਗੇ ਜੀ ਉਹ ਜਿਹੜੇ ਆਪਾਂ ਜੇ ਹੁਣ ਪ੍ਰੈਕਟੀਕਲੀ ਪੰਜਾਬੀ ਸਿੱਖਣੀ ਸ਼ੁਰੂ ਕਰੀਏ ਊੜਾ ਜਿਹੜਾ ਜਾਂ ਸਾਰਾ ਕੁਛ ਕਿਤਾਬਾਂ ਤੋਂ ਤੇ ਆਪਾਂ ਉਹ ਚੀਜ਼ ਨਹੀਂ ਸਿੱਖ ਸਕਦੇ ਜਿਹੜੀ ਸੀਨਾ ਮਸੀਨਾ ਸਾਨੂੰ ਮਾਂ ਪਿਓ ਤੋਂ ਮਿਲਣੀ ਇਸ ਕਰਕੇ ਬਹੁਤ ਜ਼ਰੂਰੀ ਕਿ ਮਾਂ ਪਿਓ ਤੋਂ ਜਿਹੜੀ ਚੀਜ਼ ਬੱਚਿਆਂ ਨੂੰ ਮਿਲਣੀ ਆ ਪੰਜਾਬੀ ਠੇਠ ਭਾਸ਼ਾ ਦੇ ਵਿੱਚ ਵੀ ਪੰਜਾਬੀ ਮੁਹਾਵਰੇ ਉਹ ਬੱਚਿਆਂ ਨੂੰ ਗਾਂਹ ਪੀੜ੍ਹੀ ਦਰ ਪੀੜ੍ਹੀ ਜਿਹੜੇ ਆ ਉਹ ਮਿਲਦੇ ਜਾਣ ਜਿਹੜੇ ਹੁਣ ਬਿਲਕੁਲ ਨਹੀਂ ਮਿਲ ਰਹੇ ਮੈਂ ਇਹ ਸਮਝਾਂਗੀ ਕਿ ਜਿਹੜਾ ਅੱਜ ਦੇ ਐਪੀਸੋਡਾਂ ਦੀ ਚੋੜ ਆ ਉਹ ਇਸ ਵੇਲੇ ਤੁਸੀਂ ਕਹਿ ਰਹੇ ਹੋ ਕਿ ਜਿੱਥੇ ਪ੍ਰੋਫੈਸ਼ਨਲਸ ਜਾਂ ਤੁਹਾਡੇ ਵਰਗੇ ਅਵੇਅਰ ਜਿਹੜੇ ਬੰਦੇ ਨੇ ਚੇਤਰ ਇਨਸਾਨ ਨੇ ਜਿਹੜੇ ਜਿੱਥੇ ਉਹ ਪੰਜਾਬੀ ਨੂੰ ਮਾਤ ਭਾਸ਼ਾ ਨੂੰ ਪ੍ਰਮੋਟ ਕਰਨ ਦੀ ਅੱਗੇ ਲਿਜਾਣ ਦੀ ਜਾਂ ਉਹਦਾ ਪ੍ਰਸਾਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉੱਥੇ ਜਿਹੜੇ ਮਾਂ ਬਾਪ ਨੇ ਉਹਨਾਂ ਨੂੰ ਵੀ ਬਹੁਤ ਸੁਹਿਰਦਤਾ ਨਾਲ ਇਹ ਜਿਹੜਾ ਇਹ ਸਿੱਖ ਵੱਡੇ ਕਾਲਜ ਨੂੰ ਹੱਥ ਪਾਉਣ ਦੀ ਲੋੜ ਆ ਘਰਾਂ ਦੇ ਵਿੱਚ ਇਸ ਨੂੰ ਬੱਚਿਆਂ ਨਾਲ ਬੋਲਣ ਦੀ ਲੋੜ ਆ ਉਹ ਕਿਉਂ ਜ਼ਰੂਰੀ ਆ ਕਿਉਂ ਕਿਵੇਂ ਬੱਚੇ ਦੇ ਵਿਕਾਸ ਵਾਸਤੇ ਇਹ ਜਿਹੜੇ ਪੰਜਾਬੀ ਆਪਣੀ ਮਦਰ ਭਾਸ਼ਾ ਜਿਹੜੀ ਆ ਮਾਤ ਭਾਸ਼ਾ ਜਿਹੜੀ ਆ ਉਹਨੂੰ ਬੋਲਣਾ ਕਿਉਂ ਜ਼ਰੂਰੀ ਆ ਅਤੇ ਸਰ ਇੱਥੇ ਹੀ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਹਰਮੀਤ ਜੀ ਇਸ ਐਪੀਸੋਡ ਦੇ ਵਿੱਚ ਇੰਨੀਆਂ ਵੱਡਮੁੱਲੀਆਂ ਗੱਲਾਂ ਕਰਨ ਦਾ ਅਤੇ ਅਗਲੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਤੋਂ ਬਹੁਤ ਸਾਰੀ ਫੇਰ ਜਾਣਕਾਰੀ ਲਵਾਂਗੇ ਇੱਥੇ ਮੈਂ ਤੁਹਾਡੇ ਨਾਲ ਖਾਤੇ ਸਾਂਝੇ ਕਰਦੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਮਸਕਾਰ